ਜਾਬ ਸਰਕਾਰ 13242 ਗ੍ਰਾਮ ਪੰਚਾਇਤਾਂ ਚੋਣਾਂ ਨਵੰਬਰ ਦੇ ਵਿੱਚ ਕਰਵਾ ਸਕਦੀ ਹੈ ਕਿਉਂਕਿ ਹਾਈ ਕੋਰਟ ਤੋਂ ਪੰਚਾਇਤਾਂ ਨੂੰ ਰਾਤ ਮਿਲ ਗਈ ਬਹੁਤ ਵੱਡੀ ਕਿ ਸਰਕਾਰ ਅਜੇ ਵੀ ਆਪਣੀ ਅੜ ਪਗਾਉਣਾ ਚਾਹੁੰਦੀ ਹੈ ਕਿਹਾ ਜਾ ਰਿਹਾ ਹੈ ਕਿ ਅੰਦਰ ਖਾਤੇ ਪੰਚਾਇਤ ਮਹਿਕਮੇ ਵਿੱਚ ਇਸ ਤਰ੍ਹਾਂ ਦੀ ਹਲਚਲ ਚੱਲ ਰਹੀ ਹੈ ਕੋਈ ਅੰਦਰ ਖਾਤੇ ਤਿਆਰੀਆਂ ਹੋ ਰਹੀਆਂ ਨੇ ਅਸੂਤਰੇ ਗਸਕਲ ਦਾ ਹਵਾਲਾ ਦਿੰਦੇ ਆ ਕਿ ਸਰਕਾਰ ਇਹ ਚੋਣਾ ਕਰਾਉਣ ਵਾਸਤੇ ਪਪਾ ਭਾਰ ਹੋਈ ਬੈਠੀ ਹੈ ਕਾਂਗਰਸ ਲਗਾਤਾਰ ਨਸ਼ੇ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ ਤੇ ਜਿਹਦੇ ਚਾਲデア ਜਮੋਗੇ ਦੇ ਵਿੱਚ ਇੱਕ ਰੈਲੀ ਕੀਤੀ ਗਈ ਤੇ ਉਹਨਾਂ ਨੇ ਜਮ ਕੇ ਸਰਕਾਰ ਤੇ ਨਿਸ਼ਾਨੇ ਸਾਦੇ ਤੇ ਕਿਹਾ ਕਿ ਤੁਸੀਂ ਵਾਅਦਿਆਂ ਦੀ ਗਰੰਟੀ ਬੋਧ ਕਰਦੇ ਹੋ ਪਰ ਗਰੰਟੀਆਂ ਤੇ ਖਰੇ ਵੀ ਉਤਰੋ ਅੱਜ ਪ੍ਰਤਾਪ ਸਿੰਘ ਬਾਜਬਾ ਕੁਝ ਜ਼ਿਆਦਾ ਹੀ ਤੇ ਕੈਸਰ ਦੇ ਵਿੱਚ ਨਜ਼ਰ ਆ ਰਹੇ ਸਨ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਜਾਂ ਨਹੀਂ ਕਰਨਾ ਉਹਨਾਂ ਨੇ ਸਾਫ਼ ਸ਼ਬਦਾ ਚ ਕਹਿਤਾ ਲੋਕਾਂ ਤੋਂ ਹੱਥ ਕੜੇ ਕਰਾਇਆ ਵੀ ਤੁਸੀਂ ਦੱਸੋ ਤੁਹਾਡੀ رائے ਕੀ ਹੈ ਵੀ ਸਮਝੌਤਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਲੋਕਾਂ ਨੇ ਇੱਕ ਸੁਰਤਾ ਦੇ ਵਿੱਚ ਸਾਰਿਆਂ ਨੇ ਹੱਥ ਕੜੇ ਕਰਤੇ ਕਿ ਨਹੀਂ ਕਰਨਾ ਚਾਹੀਦਾ ਫਿਰ ਦੂਜਾ ਹੱਥ ਕੜਾਇਆ ਗਿਆ ਕਿ ਹੁਣ ਜਿਹੜੇ ਕਹਿੰਦੇ ਆ ਕਰਨਾ ਚਾਹੀਦਾ ਇੱਕ ਵੀ ਹੱਥ ਖੜਾ ਨਹੀਂ ਹੋਇਆ ਉਹ ਕਹਿੰਦੇ ਜਿਨ੍ਹਾਂ ਨੂੰ ਸਮਝੌਤਾ ਜਿਆਦਾ ਚੰਗਾ ਲੱਗਦਾ ਹੈ ਉਹ ਇਸ ਤਰ੍ਹਾਂ ਕਰਨ ਉਥੋਂ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਲੜ ਲੈਣ ਅਰਵਿੰਦ ਕੇਜਰੀਵਾਲ ਇਹ ਦੱਸੇ ਕਿ ਭਗਵੰਤ ਮਾਨ ਦਾ ਨਸ਼ਾ ਛਡਾਤਾ ਜਿਹਨੇ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਧੀ ਸੀ ਉਹ ਕਹਿੰਦੇ ਤੁਸੀਂ ਇਹਦਾ ਨਸ਼ਾ ਛਡਾ ਦਿਓ ਸਮਝ ਲਓ ਸਾਰਾ ਪੰਜਾਬੀ ਨਸ਼ਾ ਛੱਡ ਦੂ ਸਾਥ ਸ੍ਰੀ ਕਾਲ ਤੁਸੀਂ ਦੇਖ ਰਹੇ ਹੋ ਡੀਫਾਈ ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਬਿੱਟੂ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸੇ ਪ੍ਰਕਾਰ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋਂ ਜੀ ਆਉਣਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਕਿਹ ਖਬਰ ਦੇ ਬਾਰੇ ਫਿਰ ਵਧਾਂਗੇ ਡਿਟੇਲਸ ਹਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਬਹੁਤ ਮਿਹਰਬਾਨੀ ਜੀ। ਜੀ ਡਿਟੇਲਰ ਸਾਹਿਬਾ ਜੇ ਕਈ ਖਬਰਾਂ ਨੇ ਜਿਹਦੇ ਪਾਏ ਇੱਕ ਇੱਕ ਕਰਕੇ ਝਾਤ ਮਾਰਾਂਗੇ ਪਰ ਸਭ ਤੋਂ ਪਹਿਲੀ ਖਬਰ ਪੰਜਾਬ ਕਾਂਗਰਸ ਲਗਾਤਾਰ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰ ਰਹੀ ਹੈ ਤੇ ਜਿਹਦੇ ਚਾਲデアਜ ਮੋਗੇ ਦੇ ਵਿੱਚ ਇੱਕ ਰੈ ਤੇ ਉਹਨਾਂ ਨੇ ਜੰਮ ਕੇ ਸਰਕਾਰ ਤੇ ਨਿਸ਼ਾਨੇ ਸਾਦੇ ਤੇ ਕਿਹਾ ਕਿ ਤੁਸੀਂ ਵਾਅਦੇ ਆ ਦੀ ਗਰੰਟੀ ਬਹੁਤ ਕਰਦੇ ਹੋ ਪਰ ਗਰੰਟੀਆਂ ਦੇ ਖਰੇ ਵੀ ਉਤਰੋ ਜੀ ਅੱਜ ਇੱਥੇ ਮੋਗੇ ਦੇ ਵਿੱਚ ਕਾਂਗਰਸ ਨੇ ਇੱਕ ਰੌਲੀ ਰੱਖੀ ਸੀ ਉੱਥੇ ਕਾਫੀ ਚੰਗਾ ਇਕੱਠ ਦੱਸਿਆ ਜਾ ਰਿਹਾ ਹੈ ਬੁਰੋਦੀ ਟਰ ਦਾ ਇਕੱਠ ਤਾਂ ਥੋੜਾ ਜਿਹੀ ਬਹੁਤ ਜ਼ਿਆਦਾ ਹੁੰਦਾ ਹੈ ਪਰ ਇੱਕ ਵੱਡੀ ਗੱਲ ਇਹ ਹੈ ਕਿ ਜਿਹੜੇ ਦੋ ਪ੍ਰਮੁੱਖ ਆਗੂ ਨੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸੋਭਾਜਬਾ ਇਹ ਮਿਲ ਕੇ ਚੱਲ ਰਹੇ ਨੇ ਹਾਲਾਂਕਿ ਉੱਥੇ ਸੁਖਪਾਲ ਸਿੰਘ ਖਹਿਰਾ ਤੇ ਹੋਰ ਆਗੂ ਵੀ ਸ਼ਾਮਲ ਸੀ ਅੱਜ ਪ੍ਰਤਾਪ ਸਿੰਘ ਬਾਜਵਾ ਕੁਝ ਜ਼ਿਆਦਾ ਹੀ ਤਿੱਖੇ ਸੁਰ ਦੇ ਵਿੱਚ ਨਜ਼ਰ ਆ ਰਹੇ ਸਨ ਔਰ ਜਿਹੜੀ ਗੱਲ ਉਹਨਾਂ ਨੇ ਕਹੀ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਜਾਂ ਨਹੀਂ ਕਰਨਾ ਉਹਨਾਂ ਨੇ ਸਾਫ਼ ਸ਼ਬਦਾ ਚ ਕਹਿਤਾ ਲੋਕਾਂ ਤੋਂ ਹੱਥ ਕੜੇ ਕਰਾਇਆ ਵੀ ਤੁਸੀਂ ਦੱਸੋ ਤੁਹਾਡੀ رائے ਕੀ ਹੈ ਵੀ ਸਮਝੌਤਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਲੋਕਾਂ ਨੇ ਇੱਕ ਸੁਰਤਾ ਦੇ ਵਿੱਚ ਸਾਰਿਆਂ ਨੇ ਹੱਥ ਕੜੇ ਕਰਤੇ ਕਿ ਨਹੀਂ ਕਰਨਾ ਚਾਹੀਦਾ ਫਿਰ ਦੂਜਾ ਹੱਥ ਕੜਾ ਕਰਾਇਆ ਗਿਆ ਕਿ ਹੁਣ ਜਿਹੜੇ ਕਹਿੰਦੇ ਆ ਕਰਨਾ ਚਾਹੀਦਾ ਇੱਕ ਵੀ ਹੱਥ ਖੜਾ ਨਹੀਂ ਹੋਇਆ ਇਹ ਸਾਰਾ ਉਹ ਕਹਿੰਦੇ ਕਿ ਕੱਲ ਨੂੰ ਹైదరాబాద్ ਦੇ ਵਿੱਚ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਅਸੀਂ ਸੂਬੇ ਦੇ ਲੋਕਾਂ ਦਾ ਅਨੁਭਵ ਉੱਥੇ ਜਾ ਕੇ ਦੱਸਿਆਵਾਂਗੇ ਬਾਜਵਾ ਸਾਹਿਬ ਕਹਿੰਦੇ ਕਿ ਚੋਣਾ ਅੱਡ-ਅੱਡ ਲੜੋ ਇੰਡੀਆ ਦੇ ਵਿੱਚ ਜੇ ਬਾਦ ਦੇ ਵਿੱਚ ਇਕੱਠੇ ਹੋਣਾ ਤਾਂ ਹੋ ਜਾਓ ਕਾਂਗਰਸ ਵਰਕਿੰਗ ਕਮੇਟੀ ਇਹਨੂੰ ਮੰਨਦੀ ਹੈ ਕਿ ਨਹੀਂ ਮੰਨਦੀ ਜੇ ਮੰਨਦੀ ਹੈ ਤਾਂ ਵਿਰੋਧ ਕਰਨ ਵਾਲੇ ਆਗੂਆਂ ਦੀ ਪੋਜੀਸ਼ਨ ਕੀ ਹੋਵੇਗੀ ਇਹ ਵਿੱਚ ਰਹਿਣਗੇ ਜਾਂ ਨਹੀਂ ਸਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਬੜੀ ਆਖਿਆ ਸੀ ਕਿ ਹਾਈ ਕਮਾਂਡ ਦੇ ਮੁਤਾਬਕ ਚੱਲੋ ਜਿਨ੍ਹਾਂ ਨੂੰ ਨਹੀਂ ਲੱਗਦਾ ਛੱਡ ਜਾਣ ਕੱਲ ਬ੍ਰਿੰਦਰ ਢਿੱਲੋਂ ਹੋਰਾਂ ਨੇ ਬੜਾ ਤਿੱਖੇ ਸ਼ਬਦਾਂ ਦੇ ਵਿੱਚ ਗੱਲ ਕਹੀ ਜਿਹੜੇ ਜੂਤ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਉਹੀ ਗੱਲ ਆ ਜ ਬਾਜਬਾਦ ਸਾਹਿਬ ਨੇ ਕਹੀ ਬਾਜਬਾਦ ਸਾਹਿਬ ਨੇ ਨਾਂ ਨਹੀਂ ਲਿਆ ਉਹ ਕਹਿੰਦੇ ਜਿਨ੍ਹਾਂ ਨੂੰ ਸਮਝੌਤਾ ਜਿਆਦਾ ਚੰਗਾ ਲੱਗਦਾ ਹੈ ਉਹ ਇਸ ਤਰ੍ਹਾਂ ਕਰਨ ਉਥੋਂ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਲੜ ਲੈਣ ਇਸ਼ਾਰਾ ਤਾਂ ਇਸ ਰਣਨੀਤ ਬਿੱਟੂ ਵਾਲੀ ਸੀ ਫਿਰ ਉਹਨਾਂ ਨੇ ਨਸ਼ਿਆਂ ਦੇ ਮਾਮਲੇ ਦੇ ਵਿੱਚ ਬੜਾ ਸਵਾਲ ਉੱਠੇ ਕਿ ਅਰਵਿੰਦ ਕੇਜਰੀਵਾਲ ਇਹ ਦੱਸੇ ਕਿ ਭਗਵੰਤ ਮਾਨ ਦਾ ਨਸ਼ਾ ਛਡਾਤਾ ਜਿਹਨੇ ਮਾਂ ਦੇ ਸਿਰ ਤੇ ਹੱਥ ਰੱਖ ਕੇ ਸੌਂ ਖਾਧੀ ਸੀ ਉਹ ਕਹਿੰਦੇ ਤੁਸੀਂ ਇਹਦਾ ਨਸ਼ਾ ਛਡਾ ਦਿਓ ਸਮਝ ਲਓ ਸਾਰਾ ਪੰਜਾਬੀ ਨਸ਼ਾ ਛੱਡ ਦੂ ਇੱਕ ਗੱਲ ਹੋਰ ਕਹੀ ਉਹਨਾਂ ਨੇ ਉਹ ਕਹਿੰਦੇ ਕਿ ਆਓ ਆਪਾਂ ਸਾਰੇ ਜਣੇ ਰਲ ਕੇ ਵਿੱਚੇ ਕਿਸਾਨ ਜਥੇਬੰਦੀਆਂ ਕਿਉਂਕਿ ਉਹ ਗ੍ਰਾਹਕ ਸਮਾਪ ਸਮੇਤ ਬਹੁਤ ਸਾਰਿਆਂ ਨੇ ਇਹ ਐਲਾਨ ਕਰਤਾ ਕਿ ਨਸ਼ਿਆਂ ਦੇ ਖਿਲਾਫ ਹੁਣ ਅਸੀਂ ਲੜਾਂਗੇ ਪਿੰਡ ਪਿੰਡ ਕਮੇਟੀਆਂ ਬਣਾਓ ਆਪਣੇ ਪਿੰਡਾਂ ਨੂੰ ਬਚਾਓ ਜੇ ਕੋਈ ਪੰਗਾ ਲੈਂਦਾ ਸਾਨੂੰ ਦੱਸ ਦਿਓ ਅਸੀਂ ਪਹੁੰਚਾਂਗੇ ਇਹ ਗੱਲ ਜੇ ਕਾਂਗਰਸ ਪਾਰਟੀ ਵੀ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਵੀ ਇਕੱਠੇ ਹੋ ਕੇ ਲੜਦੀਆਂ ਨੇ ਇਹ ਫੈਸਲਾ ਬਾਕੀ ਵਿਰੋਧੀਆਂ ਨੂੰ ਖਾਸਾ ਟੱਕਰ ਦੇ ਸਕਦਾ ਹੈ ਤੇ ਕਰਨਾ ਵੀ ਚਾਹੀਦਾ ਹੈ ਕਿਉਂਕਿ ਉਹ ਕਹਿ ਰਹੇ ਨੇ ਹੋਰ ਅੱਗੇ ਇਹਦੇ 'ਚ ਕੀ ਹੁੰਦਾ ਕੀ ਨਹੀਂ ਹੁੰਦਾ ਇਹ ਬੜਾ ਅਜੀਬ ਕਿਸਮ ਦਾ ਸਵਾਲ ਹੈ ਇੱਕ ਗੱਲ ਬਾਜਵਾ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਅੱਕ ਚੁੱਕੇ ਐ ਤੇ ਸਰਕਾਰ ਹਰ ਫਰੰਟ ਤੇ ਫੇਲ ਐ ਤੇ ਜਿਹੜਾ ਸਰਕਾਰ ਆਪਣੀ ਬਣਾਈ ਹੋਈ ਭੈਣ ਦੀ ਗੱਲ ਨਹੀਂ ਮੰਨਦਾ ਸਗੋਂ ਉਹਨੂੰ ਥਾਣੇ 'ਚ ਡੱਕ ਦਿੱਤਾ ਜਾਂਦਾ ਐ ਇਹਦੇ ਨਾਲ ਪ੍ਰਭਾਵ ਗਲਤ ਪੈ ਰਿਹਾ ਪੀਆਰਟੀਸੀ ਮੁਲਾਜ਼ਮਾਂ ਕਿਸਾਨ ਜਥੇਬੰਦੀਆਂ ਹੋਣ ਇਹ ਸਾਡੀ ਸਰਕਾਰ ਸਭ ਨਾਲ ਅੱਡਾ ਲਾ ਕੇ ਬੈਠੀ ਹੈ ਤੇ ਕਹਿੰਦੇ ਕੇਜਰੀਵਾਲ ਕਹਿੰਦਾ ਕਿ ਭਗਵੰਤ ਮਾਨ ਤੋਂ ਵਧੀਆ ਕੋਈ ਮੁੱਖ ਮੰਤਰੀ ਨਹੀਂ ਉਹ ਸਵਾਲ ਪਹਿਲਾਂ ਖਹਿਰਾ ਸਾਹਿਬ ਬੜਿੰਗ ਸਾਹਿਬ ਨੇ ਚੱਕ ਲਿਆ ਉਹ ਕਹਿੰਦੇ ਜਿਹੜਾ ਬੰਦਾ ਤੁਹਾਨੂੰ ਆਪਣੇ ਜਹਾਜ਼ ਤੇ ਹੂੜੇ ਦਵਾਉਂਦਾ ਫਿਰਦਾ ਹੈ ਨੁਕਸਾਨ ਪੰਜਾਬ ਦਾ ਕਰ ਰਿਹਾ ਹੈ ਇਸ਼ਤਿਹਾਰबाजी ਦੇ ਵਿੱਚ ਤੁਹਾਡੀਆਂ ਫੋਟੋਆਂ ਸ਼ਾਪ ਰਿਹਾ ਤੇ ਐਵੇਂ ਪੰਜਾਬ ਦੇ ਐ ਉਹ ਤੁਹਾਨੂੰ ਆਪ ਹੀ ਚੰਗਾ ਲੱਗੂਗਾ ਕਿ ਉਹ ਖਿਚੜੀ ਲੱਗੂਗਾ ਸੋ ਕਾਂਗਰਸ ਦੇ ਵਾਲਿਆਂ ਵੱਲੋਂ ਜਿਵੇਂ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਸ਼ਰਮਣੀ ਅਕਾਲੀ ਦਲ ਉਹਨਾਂ ਦੇ ਯੂਥ ਵਿੰਗ ਵੱਲੋਂ ਵੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਦੋ ਪਾਰਟੀਆਂ ਪੰਜਾਬ ਦੇ ਵਿੱਚ ਅਜਈਆਂ ਨੇ ਜਿਨ੍ਹਾਂ ਦੇ ਕੋਲੇ ਕਾਡਰ ਬਹੁਤ ਵੱਡਾ ਹੈ ਉਹਨਾਂ ਚ ਇੱਕ ਹੈ ਕਾਂਗਰਸ ਦੇ ਦੂਜੀਆ ਅਕਾਲੀ ਦਲ ਨਾ ਭਾਜਪਾ ਕੋਲ ਕੱਢ ਰਿਹਾ ਤੇ ਨਾ ਆ ਝਾੜੂ ਭਾਪ ਆਮ ਆਦਮੀ ਪਾਰਟੀ ਆਇਆ ਕੋਲ ਕੱਢ ਰਿਹਾ ਇਹ ਸਿਰਫ ਤੇ ਸਿਰਫ ਰਮੇਤੀ ਪਾਰਟੀਆਂ ਦੇ ਵਿਰੋਧ ਵਿੱਚ ਆਈ ਸੀ ਜਿਹਦੇ ਕਰਕੇ ਇਹਨਾਂ ਨੂੰ ਭਗਵੰਤ ਮਾਨ ਜੀ ਤੇ ਤੁਸੀਂ 92 ਜਿੱਤੇ ਨਹੀਂ ਅਸਲ ਲੋਕਾਂ ਨੇ ਕਾਂਗਰਸ ਅਕਾਲੀ ਤੇ ਭਾਜਪਾ ਹਰਾਈ ਹੈ ਜੀ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਸਰਕਾਰ ਨੂੰ ਜਿੱਥੇ ਨਸ਼ਾ ਦੇ ਮੁੱਦੇ ਤੇ ਕੇ ਰਹਿ ਗਿਆ ਉੱਥੇ ਹੀ ਸਕੂਲ ਦੇ ਪੰਜਾਬ ਸਿੱਖਿਆ ਸਕੂਲ ਬੋਰਡ ਵੱਲੋਂ ਪੰਜਾਬ ਦੇ ਸਕੂਲੀ ਬੱਚਿਆਂ ਤੋਂ 250 ਰੁਪਏ ਫੀਸ ਵਸੂਲੀ ਜਾ ਰਹੀ ਹੈ ਸਰਟੀਫਿਕੇਟ ਜਾਰੀ ਕਰਨ ਲੈ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਵੀ ਇੰਜ ਖਜ਼ਾਨਾ ਭਰੋਂਗੇ ਪੰਜਾਬ ਦਾ ਜੀ ਉਹਨਾਂ ਨੇ ਕਾਫੀ ਉੱਥੇ ਕਿਹਾ ਉਹਨਾਂ ਨੇ ਅਜੇ ਜਿਹੜੀ ਮੋਗੇ ਦੀ ਰੈਲੀ ਵਿੱਚ ਸੀ ਤੇ ਪਹਿਲਾਂ ਵੀ ਵੀਡੀਆ ਨਾਲ ਗੱਲ ਕਰਤੇ ਉਹਨਾਂ ਨੇ ਇਹ ਸਵਾਲ ਚੱਕਿਆ ਉਹ ਕਹਿੰਦੇ ਇਹ ਆ ਬਦਲਾ ਇਹ ਆ ਇਨਕਲਾਬ ਕਹਿੰਦੇ ਵੀ ਇੱਕ ਤਾਂ ਸਕੂਲ ਸਿੱਖਿਆ 보ਡ ਨੇ ਕੋਈ 1000 ਰੁਪਿਆ ਫੀਸ ਵਸੂਲੀ ਸ਼ੁਰੂ ਕਰ ਦਿੱਤੀ ਹੈ ਬਦਲਾ ਇਹ ਹੈ ਕਿ ਚੇਅਰਮੈਨ ਦਿੱਲੀ ਤੋਂ ਲਿਆ ਕੇ ਲਾਤੀ ਪੰਜਾਬ ਤੋਂ ਚੇਅਰਮੈਨ ਨਹੀਂ ਲੱਭਿਆ ਕੋਈ 200 ਰੁਪਏ 5ਵੀਂ 8ਵੀਂ 10ਵੀਂ ਅਤੇ 12ਵੀਂ ਜਮਾਤ ਲਈ ਸਰਟੀਫਿਕੇਟ ਜਾਰੀ ਕਰਨ ਵਾਸਤੇ 250 ਰੁਪਿਆ ਉਹ ਕਹਿੰਦੇ ਕਿ باوجود ਬੱਚਾ ਦੇ ਮੁਕਤ ਅਤੇ ਲਾਜ਼ਮੀ ਸਿੱਖਿਆ ਦੇ ਅਧਿਕਾਰ ਐਕਟ 2009 ਦੇ ਤਹਿਤ 6 ਤੋਂ 14 ਸਾਲ ਦੀ ਉਮਰ ਦੇ ਬੱਚੇ ਮੁਕਤ ਸਿੱਖਿਆ ਦੇ ਹੱਕਦਾਰ ਨੇ ਤੇ ਕਹਿੰਦੇ ਆ ਦਿੱਲੀ ਮਾਡਲ ਸਿਹਤ ਵਿੱਚ ਵੀ ਸਿੱਖਿਆ ਵਿੱਚ ਵੀ ਸੋ ਉਹ ਕਹਿੰਦੇ ਅਸਫਲ ਸਰਕਾਰ ਹੈ ਇਹਨਾਂ ਨੂੰ ਪਤਾ ਕੁਝ ਨਹੀਂ ਤੇ ਕਿਹੜੇ ਸਰੋਤਾਂ ਤੋਂ ਮਾਲੀਆ ਇਕੱਠਾ ਕਰਨਾ ਹੈ ਅਣਜਾਣਾਂ ਦੀ ਤਰ੍ਹਾਂ ਤੇ ਜਿਹੜੇ 4 ਰੁਪਏ ਇਕੱਠੇ ਹੋਏ ਨੇ ਉਹ ਜਾਂ ਤਾਂ ਕੇਜਰੀਵਾਲ ਦੇ ਉਹ ਜਹਾਜੀ ਝੂਟਿਆਂ ਤੇ ਤੇ ਜਾਂ ਇਸ਼ਤਿਹਾਰਬਾਜ਼ੀ ਤੇ ਖਰਚਾ ਜਾ ਰਿਹਾ ਜਿਹੜਾ ਕਿ ਸਾਰਾ ਸਾਰ ਗਲਤ ਹੈ ਜੀ ਕੋਟਖਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਗਿਆ ਤੇ ਜਦੀ ਸੁਣਵਾਈ ਹੁਣ 16 ਸਤੰਬਰ ਨੂੰ ਹੋਵੇਗੀ ਜੀ ਇਹਦਾ ਮਤਲਬ ਕੱਲ ਨੂੰ ਹੀ ਹੈ ਇਹ ਕਹਿੰਦੇ ਕਿ ਐਫ ਆਈ ਆਰ ਨੰਬਰ ਹੈ 192 ਫਰੀਦਕੋਟ ਦੀ ਅਦਾਲਤ ਵਿੱਚ 22 ਪੰਨਿਆਂ ਦਾ ਇੱਕ ਹੋਰ ਸਪਲੀਮੈਂਟ ਚਲਾਨ ਪੇਸ਼ ਕਰ ਦਿੱਤਾ ਪਹਿਲਾ ਹੀ ਨਾਮਜਿਤ ਪੁਲਿਸ ਅਧਿਕਾਰੀਆਂ ਖਲਾਫ ਤਾਰਾ 118 ਤੇ 119 ਤਹਿਤ ਚਲਾਨ ਪੇਸ਼ ਕੀਤਾ ਗਿਆ ਜ਼ਾਬਤਾ ਫੌਜਦਾਰੀ ਦੀ ਚਲਾਨ ਵਿੱਚ ਦੱਛ ਤੱਥਾਂ ਨੂੰ ਨજર ਅਦਾਜ਼ ਕਰਨ ਦੇ ਦੋਸ਼ ਲਾਏ ਸੀ ਵਿਰੁੱਧੀਆਂ ਵੱਲੋਂ ਇਸ ਮਾਮਲੇ ਕਟੜਾ ਵਾਲੇ ਦਿਨ ਪ੍ਰਦਰਸ਼ਨਕਾਰੀਆਂ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ ਐਸਆਈਟੀ ਨੇ ਤਤਕਾਲੀ ਐਸਐਚਓ ਕੋਟਕਪੂਰਾ ਗੁਰਦੀਪ ਸਿੰਘ ਪੰधेਰ ਐਸਐਸਪੀ ਸੁਖਵਿੰਦਰ ਸਿੰਘ ਮਾਨ ਡੀਜੀਪੀ ਆਈਜੀ ਇਹਨਾਂ ਸਾਰਿਆਂ ਦੇ ਖਿਲਾਫ ਨਾਮਜ਼ਦ ਕੀਤਾ ਹੋਇਆ ਹੈ ਹੁਣ ਕੱਲ ਇਸ ਮਾਮਲੇ ਦੇ ਉੱਤੇ ਫਰੀਦਕੋਟ ਦੀ ਅਦਾਲਤ ਵਿੱਚ ਸੁਣਵਾਈ ਹੋਵੇਗੀ ਉਹਦੇ ਚ ਕੀ ਹੁੰਦਾ ਇਹ ਤਾਂ ਸਮਾਂ ਦੱਸੇਗਾ ਸੋ ਇਹ ਸਪਲੀਮੈਂਟਰੀ ਚਲਾਨ ਜਿਹੜਾ ਪੇਸ਼ ਕਰ ਦਿੱਤਾ ਗਿਆ ਜੀ ਰੇਤ ਮਾਫੀਆ ਵੱਲੋਂ ਮਾਈਨਿੰਗ ਵਿਭਾਗ ਦੀ ਟੀਮ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਜੀ ਬੜੀ ਨਿੰਦਣਯੋਗ ਗੱਲ ਹੈ ਜੋ ਕਿ ਮਾਈਨਿੰਗ ਵਿਭਾਗ ਦੀ ਟੀਮ ਉੱਤੇ ਹਮਲਾ ਕਰਨਾ ਤੁਹਾਨੂੰ ਦੱਸਦੇ ਰੇਤ ਮਾਫੀਆ ਨੂੰ ਲੈ ਕੇ ਹਾਈ ਕੋਰਟ ਵੱਲੋਂ ਵੀ ਪੰਜਾਬ ਪੁਲਿਸ ਨੂੰ ਝਾੜ ਪਾਈ ਗਈ ਸੀ ਜੀ ਕੱਲ ਹੀ ਪਈ ਆ ਤਾਜੀ ਦੂਜੀ ਵਾਰ ਤੇ ਕਹਤਾ ਕਿ ਐਸਐਸਪੀ ਇਸੇ ਤਰ੍ਹਾਂ ਤਹਿਸੀਲਦਾਰ ਐਕਸੀਅਨ ਮਾਈਨਿੰਗ ਇਹਨਾਂ ਨੂੰ ਅਗਲੇ ਤਰੀਕੇ ਤੇ ਬੁਲਾਓ ਨਹੀਂ ਫਿਰ ਇਹਨਾਂ ਦੇ ਗੈਰ ਜਵਾਨਤੀ ਵਾਰੰਟੀ ਜਾਰੀ ਕਰ ਦਿਓ ਹੁਣੇ ਪਤਾ ਲੱਗਿਆ ਕਿ ਨਵਦਾਹ ਚ ਇਹ ਖਨਨ ਦੀ ਟੀਮ ਜਿਹੜੀ ਮਾਈਨਿੰਗ ਵਿਭਾਗ ਹੈ ਉਹਦੇ ਤੇ ਦੋ ਅਧਿਕਾਰੀ ਤੇ ਇੱਕ ਸਿਪਾਈ ਜ਼ਖਮੀ ਹੋ ਗਏ ਉੱਥੇ 50 ਦੇ ਕਰੀਬ ਲੋਕਾਂ ਨੇ ਇੱਟਾਂ ਤੇ ਬੱਤਰਾ ਨਾਲ ਹਮਲਾ ਕਰਤਾ ਪਹਿਲਾਂ ਇਹਨਾਂ ਨੂੰ ਪੁੱਛੇ ਤੁਸੀਂ ਉੱਥੇ ਕੋਈ ਗਊ ਮੱਝ ਮੋੜਨ ਚੱਲੇ ਹੋ ਜਿੱਥੇ ਪੂਰੀ ਤਿਆਰੀ ਨਾਲ ਨਹੀਂ ਗਏ ਤੇ ਬੰਦੇ 2-3 ਚਲੇ ਗਏ ਉਹਦੀ ਥਾਂ ਤੇ ਉੱਥੇ ਵੱਧ ਬੰਦੇ ਜਾਣੇ ਚਾਹੀਦੇ ਸੀ ਪੁਲਿਸ ਦੀ ਗੱਡੀ ਨੂੰ ਨੁਕਸਾਨੀ ਗਈ ਟੀਮ ਭਾਵੇਂ ਜਾਣ ਪਛਾ ਕੇ ਭੱਜ ਗਈ ਇਹ ਮਾਮਲਾ ਬਿਹਾਰ ਦੇ ਕਾਦਰਗਾਚ ਖੇਤਰ ਦਾ ਹੈ ਥਾਣਾ ਖੇਤਰ ਤੇ ਪਿੰਡ ਬੀਰ ਵੀ ਡੇ ਦਾ ਹੈ ਇਹ ਜਿਹੜਾ ਹਮਲਾ ਹੋਇਆ ਹੈ ਪੰਜਾਬ ਚ ਨਹੀਂ ਹੋਇਆ ਮਾਫ ਕਰਨਾ ਮੈਂ ਇਹਨੂੰ ਕਲੀਅਰ ਕਰ ਦਿਆਂ ਇਹ ਬਿਹਾਰ ਦੇ ਵਿੱਚ ਹੋਇਆ ਹੈ ਮਾਈਨਿੰਗ ਟੀਮ ਦੇ ਉੱਤੇ ਜਿਹੜੀ ਝਾੜ ਪਾਈ ਆ ਕੱਲ ਹਾਈ ਕੋਰਟ ਨੇ ਉਹ ਪੰਜਾਬ ਨੂੰ ਪਾਈ ਆ ਪੰਜਾਬ ਦੀ ਸਰਕਾਰ ਨੂੰ ਪਾਈ ਆ ਕਿ ਰੋਪੜ ਜ਼ਿਲ੍ਹੇ ਦਾ ਐਸਐਸਪੀ ਉੱਥੋਂ ਦਾ ਤਹਿਸੀਲਦਾਰ ਉੱਥੋਂ ਦੇ ਮੈਨੇਕਪਾਗ ਦੇ ਕਾਰਜਕਾਰੀ ਇੰਜੀਨੀਅਰ ਇਹਨਾਂ ਨੂੰ ਅਗਲੀ ਪੇਸ਼ੀ ਤੇ ਲਿਆਓ ਨਹੀਂ ਤਾਂ ਫਿਰ ਇਹਨਾਂ ਦੇ ਗੈਰ ਜਵੰਤੀ ਬਰੰਟ ਜਾਰੀ ਕਰ ਦਿਓ ਜੀ ਸ਼੍ਰੋਮਣੀ ਕਾਲੀਦਾ ਦੇ ਸੀਨੀਅਰ ਅਗੂ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਜੋ ਕਿ ਬਿਜਲੀ ਬੋਰਡ ਦਾ ਗ੍ਰੇਡਾ ਉਹ ठेਕੇਦਾਰ ਨੂੰ ਸੌਂਪਣ ਦੇ ਪਤਾ ਲੱਗਿਆ ਕਿ ਪੰਜਾਬ ਸਰਕਾਰ ਨੇ ਇੱਕ ਹੋਰ ਫੈਸਲਾ ਕਰ ਲਿਆ ਬਦਲਾ ਲਿਆਂਦਾ ਇੱਕ ਹੋਰ ਜਿਹਦੇ ਬਾਰੇ ਅਕਾਲੀ ਅਗੂ ਵਿਕਰਮ ਸਿੰਘ ਮਜੀਠੀਆ ਨੇ ਅਖੇ ਕਿ ਪੰਜਾਬ ਹ ਤੈਸੀ ਇੱਕ ਹੋਰ ਫੈਸਲਾ ਬਦਲਾ ਸੁਣ ਲੋ ਗ੍ਰਿਡਾਂ ਵਿੱਚ ਜਿਹੜੇ ਪੱਕੇ ਤੌਰ ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਥਾਂ ਤੇ ਇਹ ਗ੍ਰਿਡ ਵੀ ਹੁਣ ਪ੍ਰਾਈਵੇਟ ਠੇਕੇਦਾਰਾਂ ਦੇ ਹੱਥਾਂ 'ਚ ਦਿੱਤੇ ਜਾਣ ਲੱਗੇ ਨੇ ਕਹਿੰਦੇ ਭਗਵੰਤ ਮਾਨ ਕਹਿ ਰਿਹਾ ਹੈ ਕਿ ਅਸੀਂ ਪੰਜਾਬ ਦਾ ਖਜ਼ਾਨਾ ਵਿਚਾਰ ਰਹੇ ਹਾਂ ਤੇ ਬਿਕਰਮ ਸਿੰਘ ਜੀਠੀਆਂ ਨੇ ਤੰਜ ਕੱਸਦਿਆਂ ਇਹਦੇ ਤੇ ਇੱਕ ਗੱਲ ਕਹੀ ਹੈ ਉਹ ਗੱਲ ਇਹ ਹੈ ਉਹ ਕਹਿੰਦੇ ਕਿ ਜਿਹੜਾ ਕੇਜਰੀਵਾਲ ਤੇ ਸਰਕਾਰੀ ਖਜ਼ਾਨਾ ਲਟਾਇਆ ਜਾ ਰਿਹਾ ਹੈ ਉਹ ਕਿਹੜੇ ਖਾਤੇ ਚ ਪਾ ਰਹੇ ਹੋ ਜੇਕਰ ਤੁਸੀਂ ਇਹ ਮੁਕਤ ਦੀ ਇਸ਼ਤਿਹਾਰਵਾਜੀ ਤੇ ਦੂਜੇ ਰਾਜਾਂ ਦੇ ਵਿੱਚ ਪੰਜਾਬ ਦਾ helicopterਾਂ ਤੇ ਖਰਚਾ ਜਾਣ ਵਾਲਾ ਜਹਾਜ਼ਾਂ ਤੇ ਖਰਚਾ ਜਾਣ ਵਾਲਾ ਪੈਸਾ ਬਚਾ ਲਓ ਤਾਂ ਸ਼ਾਇਦ ਬਹੁਤ ਵੱਡੀ ਗੱਲ ਹੋ ਜਾਵੇਗੀ ਇਹ ਚੀਜ਼ ਬੰਦ ਕਰੋ ਜੀ ਜੀ ਦੂਜੇ ਪਾਸੇ ਪੰਜਾਬ ਸਰਕਾਰ 13242 ਗ੍ਰਾਮ ਪੰਚਾਇਤਾਂ ਚੋਣਾਂ ਨਵੰਬਰ ਦੇ ਵਿੱਚ ਕਰਵਾ ਸਕਦੀ ਹੈ ਜੀ ਇਹ ਛੱਪੀ ਹੈ ਖਬਰ ਤੇ ਹੈ ਸਾਰਾ ਸੂਤਰਾਂ ਦੇ ਹਵਾਲੇ ਨਾਲ ਉਹ ਕਹਿੰਦੇ ਕਿਉਂਕਿ ਹਾਈ ਕੋਰਟ ਤੋਂ ਪੰਚਾਇਤਾਂ ਨੂੰ ਰਾਤ ਮਿਲ ਗਈ ਬਹੁਤ ਵੱਡੀ ਕਿ ਸਰਕਾਰ ਅਜੇ ਵੀ ਆਪਣੀ ਅੜ ਪਗਾਉਣਾ ਚਾਹੁੰਦੀ ਹੈ ਤੇ ਇਹ ਸੜ ਦੇ ਤਹਿਤ ਉਹ ਵੱਡੀ ਗੱਲ ਇਹ ਕਰਨਾ ਚਾਹੁੰਦੀ ਹੈ ਕਿ ਨਵੰਬਰ ਦੇ ਵਿੱਚ ਪੰਚਾਇਤ ਚੋਣਾਂ ਕਰਵਾ ਦਿੱਤੀਆਂ ਜਾਣ ਕਿਹਾ ਜਾ ਰਿਹਾ ਹੈ ਕਿ ਅੰਦਰਖਾਤੇ ਪੰਚਾਇਤ ਮਹਿਕਮੇ ਵਿੱਚ ਇਸ ਤਰ੍ਹਾਂ ਦੀ ਹਲਚਲ ਚੱਲ ਰਹੀ ਹੈ ਕੋਈ ਅੰਦਰਖਾਤੇ ਤਿਆਰੀਆਂ ਹੋ ਰਹੀਆਂ ਨੇ ਇਹਦੀ ਕਿਸੇ ਅਧਿਕਾਰੀ ਨੇ ਪੂਰੇ ਤੌਰ ਤੇ ਪੁਸ਼ਟੀ ਤਾਂ ਨਹੀਂ ਕੀਤੀ ਪਰ ਸੂਤਰੇ ਗਸकल ਦਾ ਹਵਾਲਾ ਦਿੰਦੇ ਆ ਕਿ ਸਰਕਾਰ ਇਹ ਚੋਣਾ ਕਰਾਉਣ ਵਾਸਤੇ ਪਪਾਂਪਾਰ ਹੋਈ ਬੈਠੀ ਹੈ ਦਸੰਬਰ ਦੇ ਵਿੱਚ ਵੈਸੇ ਵੀ ਉਹਨਾਂ ਦੀ ਮਿਆਦ ਪੁੱਗ ਜਾਨੀ ਹੈ ਤੇ ਜਨਵਰੀ ਤੋਂ ਬਾਅਦ ਤੱਕ ਕਦੋਂ ਵੀ ਕਰਾਉਣੀਆਂ ਪੈ ਸਕਦੀਆਂ ਹੋ ਸਕਦਾ ਹੈ ਸਰਕਾਰ ਨੇ ਤਿਆਰੀ ਕਰ ਲਈ ਹੋਵੇ ਨਵੰਬਰ ਚ ਚੋਣਾ ਕਰਾਉਣ ਦੀ ਪਰ ਜੇ ਨਵੰਬਰ ਚ ਚੋਣਾ ਕਰਾਉਣੀਆਂ ਨੇ ਤੱਕ ਅਕਤੂਬਰ ਦੇ ਵਿੱਚ ਇਹ ਪ੍ਰੋਗਰਾਮ ਚਲਾਉਣਾ ਪਵੇਗਾ ਅਕਤੂਬਰ ਦਾ ਮਹੀਨਾ ਉਹ ਹੁੰਦਾ ਜਦੋਂ ਕਿਸਾਨ ਬਿਲਕੁਲ ਵਿਹਲਾ ਨਹੀਂ ਕਿਸਾਨ ਉਸ ਵੇਲੇ ਆਪਣੀ ਫਸਲ ਸਾਂਭਣ ਤੇ ਲੱਗਿਆ ਹੁੰਦਾ ਨਵੰਬਰ ਦੇ ਵਿੱਚ ਬਜਾਈ ਚੱਲਦੀ ਹੈ ਕਣਕ ਦੀ ਪਤਾ ਨਹੀਂ ਹੁਣ ਇਹ ਕਿਨੇ ਨੇ ਇੱਕ ਸਲਾਹ ਦਿੱਤੀ ਆ ਹੋ ਵੀ ਰਿਹਾ ਨਹੀਂ ਹੋ ਰਿਹਾ ਅਜੇ ਇਹਦੇ ਬਾਰੇ ਕੁਝ ਵੀ ਸੂਤਰਾਂ ਦੇ ਹਵਾਲੇ ਤੋਂ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਨੇ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਨ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ ਇਹਨਾਂ ਨੂੰ ਇੱਕ ਝਟਕਾ ਦਿੱਤਾ ਗਿਆ ਜੀ ਕਹਿੰਦੇ ਕਿ ਸਥਾਨਕ ਸਰਕਾਰਾਂ ਵਿਭਾਗ ਦੇ ਜਿਹੜੇ ਵਿਭਾਗ ਦੇ ਕੁਝ ਅਫਸਰ ਨੇ ਉਹਨਾਂ ਨੂੰ ਇੱਕ ਝਟਕਾ ਤੌਰ ਤੇ ਦਿੱਤਾ ਹੈ ਉਦੇ ਵਿੱਚ ਕਿਹਾ ਗਿਆ ਕਿ ਜਿਹੜੇ ਬੰਦਿਆਂ ਕੋਲੇ ਬਾਧੂ ਚਾਰਜ ਨੇ ਨਾਲ ਦੇ ਦੂਜੇ ਹੋਰਾਂ ਦੇ ਉਹਨਾਂ ਨੂੰ ਐਫੀਡੈਵਟ ਦੇਣਾ ਪਵੇਗਾ ਹਲਫੀਆ ਬਿਆਨ ਦੇਣਾ ਪਵੇਗਾ ਕਿ ਜੇ ਉਹ ਦੂਜੇ ਥਾਂ ਤੇ ਜਾ ਕੇ ਬਾਧੂ ਚਾਰਜ ਲੈ ਕੇ ਕੰਮ ਕਰਦੇ ਆ ਤੇ ਉਹ ਕੋਈ ਪੱਤਾ ਵਗੈਰਾ ਨਹੀਂ ਲੈਣਗੇ ਇਹ ਲਿਖ ਕੇ ਦੇਣਾ ਪਊਗਾ ਅਤੇ ਨਾ ਹੀ ਉਹ ਕੋਈ ਹੋਰ ਬਿੱਤੀ ਕਲੇਮ ਕਰਨਗੇ ਪ੍ਰਸੋਧਨ ਪਦੋਂਤੀ ਦੌਰਾਨ ਸਨਿਆਰਤਾ ਸੂਚੀ ਜਾਂ ਤਜਰਬੇ ਵਜੋਂ ਜਿਹੜਾ ਵਧੇਰੇ ਅਹੁਦੇ ਤੇ ਕੰਮ ਕੀਤਾ ਹੋਵੇਗਾ ਉਹਦਾ ਜਿਹੜਾ ਉਹਦੇ ਵਿੱਚ ਗਿਣਿਆ ਜਾਂਦਾ ਉਹ ਵੀ ਸੇਵਾ ਕਾਲ ਦੇ ਵਿੱਚ ਗਿਰਿਆ ਨਹੀਂ ਜਾਵੇਗਾ ਇਹਦੇ ਨਾਲ ਹੀ ਕਈ ਮੁਲਾਜ਼ਮਾਂ ਦੇ ਕੋਲ ਵਾਧੂ ਚਾਰਜ ਹੈ ਪ੍ਰਾਪਰਟੀ ਟੈਕਸ ਤਹਿਬ ਜਾਰੀ ਸ਼ਾਖਾ ਕਈ ਕਲਰਕ ਇੰਸਪੈਕਟਰ ਵਜੋਂ ਵੀ ਕੰਮ ਕਰ ਰਹੇ ਨੇ ਇਸ ਤੋਂ ਇਲਾਵਾ ਐਸਸੀ ਰਣਜੀਤ ਸਿੰਘ ਐਮਟੀਪੀ ਦਾ ਚਾਰਜ ਦੇਣ ਤੋਂ ਪਹਿਲਾਂ ਮਨਜ਼ੂਰੀ ਨਹੀਂ ਲਈ ਗਈ ਇਹਦੇ ਤੇ ਸ਼ਾਇਦ ਫੈਸਲਾ ਕੀਤਾ ਉਹਨਾਂ ਨੇ ਲੋਕਲ ਬਾਡੀ ਵਿਭਾਗ ਵੱਲੋਂ ਫਰਜੀ ਡਿਗਰੀ ਸਰਟੀਫਿਕੇਟ ਵਾਲੇ ਅਧਿਕਾਰੀਆਂ ਖਰਾਬ ਲਗਾਤਾਰ ਤਿਆਰੀਆਂ ਚੱਲ ਰਹੀਆਂ ਨੇ ਤੇ ਛਟਕੇ ਤੇ ਛਟਕੇ ਬਲਾਜਬਾਂ ਨੂੰ ਦਿੱਤੇ ਜਾ ਰਹੇ ਨੇ ਤੇ ਇਸ ਦੇ ਨਾਲ ਵੀ ਬਹੁਤ ਸਾਰੇ ਮੁਲਾਜ਼ਮਾਂ ਦੀ ਸ਼ਾਂਤੀ ਹੋਣ ਦੀ ਸੰਭਾਵਨਾ ਉਜਾਗਰ ਹੋ ਰਹੀ ਹੈ ਜੀ ਵੀਡੀਓ ਬਾਰੇ ਨੂੰ ਲੈ ਕੇ ਖਡੂਰ ਸਾਹਿਬ ਦੇ ਐਸਡੀਐਮ ਵੱਲੋਂ ਆਪਣਾ ਸਪਸ਼ਟਿਕਰਨ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਮੇਰੇ ਤੇ ਦੋਸ਼ ਲਗਾਏ ਗਏ ਗਏ ਨੇ ਉਹ ਸਾਰੇ ਬੇਬੁਨਿਆਦੀ ਨੇ ਜੀ ਦੇਖੋ ਉੱਥੇ ਜਿਹੜੇ ਐਸਡੀਐਮ ਨੇ ਉਹਨਾਂ ਦਾ ਨਾਮ ਹੈ ਦੀਪਕ ਭਟਕਾ ਉਹ ਕਹਿੰਦੇ ਕਿ ਮੇਰੇ ਤੇ ਜਿਹੜੇ ਦੋਸ਼ ਸਾਰੇ ਬੇਬੁਨਿਆਦ ਨੇ ਕੋਈ ਸਚਾਈ ਨਹੀਂ ਉਹਨਾਂ ਨੇ ਆਪਣੇ ਕੇਸ ਨਾਲ ਸੰਬੰਧਿਤ ਫੈਲਾ ਨੂੰ ਇੱਕ ਔਰਤ ਜ਼ਬਰਦਸਤੀ ਚੁੱਕ ਕੇ ਲੈ ਚੁੱਕੀ ਹੈ ਪੁਲਿਸ ਕੋਲ ਮਾਮਲਾ ਦਰਜ ਹੈ ਐਫਆਈਆਰ ਹੋਈ ਹੈ ਤੇ ਡਿਪਟੀ ਕਮਿਸ਼ਨਰ ਨੂੰ ਵੀ ਉਸ ਔਰਤ ਦੇ ਅਪਸ਼ਬਦ ਬੋਲਣ ਬਾਰੇ ਸ਼ਿਕਾਇਤ ਕੀਤੀ ਜਾ ਚੁੱਕੀ ਹੈ। ਔਰ ਅੱਗੇ ਪੁਲਿਸ ਨੂੰ ਵੀ ਕਾਰਵਾਈ ਲਈ ਲਿਖਿਆ ਜਾ ਚੁੱਕਿਆ ਹੈ। ਉਹਨਾਂ ਨੇ ਇਹ ਆਪਣਾ ਸਪਸ਼ਟ ਕਿ ਕੁਝ ਦਿਨ ਪਹਿਲਾਂ ਇੱਕ ਔਰਤ ਨੇ ਇਸ ਐਸਐਸਡੀਮ ਦੇ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਸੀ ਜਿਦੇ ਵਿੱਚ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਜੀ। ਜਿੱਥੇ ਵਿਰੋਧੀ ਪਾਰਟੀਆਂ ਵੱਲ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਹੋ ਗਏ ਵਿਕਰਮਜੀਤ ਸਿੰਘ ਮਜੀਠੀਆ ਹੋ ਗਏ ਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸਰਕਾਰ ਨੂੰ ਘੇਰਿਆ ਗਿਆ ਉਹਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਨੂਆ ਉਹ ਨਹੀਂ ਹੈ ਜੋ ਕਿ ਮਾਫ ਕਰਨਾ ਉਹ ਝੂਠ ਤੇ ਉੱਤੇ ਟਿਕੀ ਹੋਈ ਹੈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਟਿਆਂ ਕਿ ਅਕਾਲੀ ਦਲ ਵੱਲੋਂ ਜੂਥ ਅਕਾਲੀ ਦਲ ਵੱਲੋਂ ਇਸ ਵੇਲੇ ਪਿੰਡਾਂ ਦੇ ਵਿੱਚ ਬਕਵਾ ਖੇਤਰਾਂ ਦੇ ਵਿੱਚ ਲੋਕ ਮੇਲੀਆਂ ਕੀਤੀਆਂ ਜਾ ਰਹੀਆਂ ਲੋਕਾਂ ਨਾਲ ਸੰਪਰਕ ਸਾਦੇ ਜਾ ਰਹੇ ਹੈ ਉਸ ਮੇਲ ਲਈ ਤਹਿਤ ਉਹਨਾਂ ਨੇ ਕੱਲੋ ਮੇਰੇ ਖਲ ਭਲਾਡੇ ਵਾਲੇ ਪਾਸੇ ਸੀ ਕਈ ਥਾਵਾਂ ਤੇ ਜਾ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਾਦਲ ਵੱਲੋਂ ਆਪਣੇ ਸੰਬੋਧਨ ਵਿੱਚ ਇਹ ਗੱਲ ਕਹੀ ਗਈ ਹੈ ਕਿ ਉਹ ਅਗਲੇ ਸਮੇਂ ਤੱਕ ਜਿਹੜੀ ਇਹ ਸਰਕਾਰ ਹੈ ਪੰਜਾਬ ਦੀ ਇਹ ਬਿਲਕੁਲ ਝੂਠ ਦੀ ਬੁਨਿਆਦ ਤੇ ਖੜੀ ਹੈ ਤੇ ਝੂਠ ਦੀ ਬੁਨਿਆਦ ਬੜਾ ਚਿਰ ਚਲਦੀ ਨਹੀਂ ਹੁੰਦੀ ਕਈ ਮਾਮਲਿਆਂ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਰਕਾਰ ਨੂੰ ਘੇਰਿਆ ਹੈ ਜੀ ਪਹਿਲੇ ਪ੍ਰਕਾਸ਼ ਪੂਰਵ ਸਮਾਗਮ ਹੋ ਕੇ 2 ਕਵਾਂਟਰ ਫੁੱਲ ਸ੍ਰੀ ਹਰਮੰਦਰ ਸਾਹਿਬ ਪਹੁੰਚ ਗਏ ਨੇ ਜੀ ਇਹ 2 ਕਵਾਂਟਰ ਨਹੀਂ 2000 ਕਵਾਂਟਲ ਹੈ ਮਾਫ ਕਰਨਾ 2000 ਕਵਾਂਟਲ ਜੀ 2000 ਕਵਾਂਟਲ ਉੱਥੇ ਪਹੁੰਚੇ ਨੇ ਪਹਿਲਾ ਪ੍ਰਕਾਸ਼ ਪੂਰਵ ਬਣਾਇਆ ਜਾ ਰਿਹਾ ਪਿਛਲੀ ਵਾਰੀ ਵੀ ਅਸੀਂ ਦੇਖਿਆ ਸੀ 50 ਕਿਸਮ ਦੇ ਫੁੱਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਪਹਿਲਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਉਹ ਗੁਰੂ ਸਾਹਿਬ ਦਾ ਆ ਰਿਹਾ ਹੈ। ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਨੂੰ ਕੋਰਟ ਵੱਲੋਂ ਇੱਕ ਵੱਡੀ ਰਾਹਤ ਮਿਲੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਦੇਖੋ ਇੱਕ ਔਰਤ ਕੋਚ ਨੇ ਉਹਨਾਂ ਤੇ ਕਈ ਤਰ੍ਹਾਂ ਦੇ سنگین ਦੋਸ਼ ਲਾਏ ਸੀ ਤੇ ਚੰਡੀਗੜ੍ਹ ਦੀ ਪੁਲਿਸ ਨੇ ਉਹਨੂੰ ਕਾਰਵਾਈ ਕੀਤੀ ਪਰਚਾ ਦਰਜ ਹੋ ਗਿਆ। ਜੀ ਜ਼ਮਾਨਤ ਅਦਾਲਤਾਂ ਦੇ ਦਿੰਦਿਆਂ। ਕਿਉਂਕਿ ਸੁਣਵਾਈ ਬਹੁਤ ਲੰਬਾ ਸਮਾਂ ਚੱਲਦੀਆਂ ਰਹਿੰਦੀਆਂ ਨੇ ਪਤਾ ਲੱਗਿਆ ਕਿ ਚੰਡੀਗੜ੍ਹ ਦੀ ਅਦਾਲਤ ਵੱਲੋਂ ਸੰਦੀਪ ਸਿੰਘ ਨੂੰ ਇਸ ਕੇਸ ਦੇ ਵਿੱਚ ਜਵਾਨਤ ਦਿੱਤੀ ਜਾ ਚੁੱਕੀ ਹੈ ਜਦ ਕਿ ਜਿਹੜੀ ਔਰਤ ਕੋਚ ਹੈ ਉਹ ਇਹ ਗੱਲ ਕਹਿ ਦਿੰਦੀ ਹੈ ਕਿ ਮੈਂ ਇਸ ਮਾਮਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਵਾਂਗੀ ਉਹਨੂੰ ਇਹ ਗਲਤ ਜਵਾਨ ਦਿੱਤੀ ਗਈ ਹੈ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਜਵਾਨ ਦੇਣਾ ਜਾਂ ਜ਼ਬਾਨਤ ਅਦਾਲਤ ਵੱਲੋਂ ਕਰ ਦੇਣਾ ਇਹ ਆਮ ਤੌਰ ਤੇ ਅਸੀਂ ਦੇਖਿਆ ਗਿਆ ਕਿਉਂਕਿ ਕੇਸ ਲੰਬੇ ਹੁੰਦੇ ਨੇ ਕਿੰਨਾ ਕਿੰਨਾ ਸ਼ਰਤਾਤੇ ਦਿੱਤੀ ਹੈ ਇਹ ਨਹੀਂ ਪਤਾ ਲੇਕਿਨ ਜ਼ਬਾਨਤ ਪਤਾ ਲੱਗਿਆ ਕਿ ਉਹਨਾਂ ਦੀ ਕਰ ਦਿੱਤੀ ਗਈ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਢਿੱਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਸਾਨੂੰ ਦੇ ਉਜਾੜ ਤੁਸੀਂ ਦੇ ਦਰੋ ਡੀਫਾਈ ਚੈਨਲ ਪੰਜਾਬੀ